वाहेगुरु जी का खालसा वाहेगुरु जी की फतेह। अनमोल विचार चैनल विच तुहाडा स्वागत है। अपनी अज दी वीडियो दा विषय है कि जिन्हां दे शरीर नूं आलस पिया रहिंदा है अते आलस दे करके साडा शरीर हर वेले थक्किया थक्किया रहिंदा है, अपने आप नूं बीमार जिहा महसूस करना अते इस आलस दलिद्र दे करके किसे भी काम नूं करन नूं जी नहीं करदा अते अमृत वेले वी नहीं उठिया जांदा। तां अज दी वीडियो दे विच ਉਹ ਬਾਣੀ ਦੱਸਣ ਜਾ ਰਹੇ ਹਾਂ ਜਿਸ ਬਾਣੀ ਦਾ ਪਾਠ ਕਰਨ ਤੋਂ ਬਾਅਦ ਸਾਡਾ ਆਲਸ ਸਾਡਾ ਦਲਿੱਦਰ ਖਤਮ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਜ਼ਿੰਦਗੀ ਦੀਆਂ ਸਾਡੀਆਂ ਜੋ ਮੁਸ਼ਕਲਾਂ ਚੱਲ ਰਹੀਆਂ ਨੇ ਨਾ ਉਹਨਾਂ ਤੋਂ ਵੀ ਛੁਟਕਾਰਾ ਮਿਲੇਗਾ। ਤੇ ਜੇਕਰ ਆਪਾਂ ਮਨ ਦੇ ਵਿੱਚ ਕੋਈ ਇੱਛਾ ਧਾਰ ਕੇ ਬਾਣੀ ਪੜ੍ਹਦੇ ਹਾਂ ਤਾਂ ਸਾਡੇ ਮਨ ਦੀ ਹਰ ਇੱਕ ਇੱਛਾ ਅਰਦਾਸ ਵੀ ਜ਼ਰੂਰ ਪੂਰੀ ਹੁੰਦੀ ਆ। ਇੱਥੇ ਸੰਤ ਮਹਾਂਪੁਰਖ ਜੀ ਪਾਠ ਕਰਨ ਦੀ ਸਾਨੂੰ ਯੁਗਤੀ ਦੱਸਦੇ ਨੇ। ਮਹਾਂਪੁਰਖ ਜੀ ਕਹਿੰਦੇ ਕਿ ਬਹੁਤ ਚੰਗਾ ਹੋਵੇਗਾ ਜੇਕਰ ਆਪਾਂ ਇਸ ਬਾਣੀ ਦਾ ਪਾਠ ਕਰਦੇ ਹੋਏ ਆਪਣੇ ਕੋਲ ਜਲ ਰੱਖ ਲੈਂਦੇ ਹਾਂ ਅਤੇ ਬਾਣੀ ਪੜ ਕੇ ਅਰਦਾਸ ਕਰਕੇ ਇਹ ਜਲ ਜੇਕਰ ਆਪਾਂ ਛਕ ਲਈਏ ਤਾਂ ਸਾਡੇ ਸਰੀਰ ਦੇ ਕਸ਼ਟ ਵੀ ਦੂਰ ਹੁੰਦੇ ਨੇ ਅਤੇ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਵੀ ਦੂਰ ਹੁੰਦੀਆਂ ਨੇ। ਤੇ ਖਾਸ ਕਰਕੇ ਬੀਬੀਆਂ ਨੂੰ ਕਿਹਾ ਜਾਂਦਾ ਹੈ ਕਿ ਜਦੋਂ ਵੀ ਘਰ ਦੇ ਵਿੱਚ ਖਾਣਾ ਬਣਾਉਣਾ ਹੈ ਜੇਕਰ ਖਾਣਾ ਬਣਾਉਂਦੇ ਹੋਏ ਇਸ ਬਾਣੀ ਦਾ ਪਾਠ ਕੀਤਾ ਜਾਵੇ ਤਾਂ ਸਾਡੇ ਘਰ ਦੇ ਵਿੱਚ ਜੀਆਂ ਦਾ ਆਪਸ ਦੇ ਵਿੱਚ ਪ੍ਰੇਮ ਪਿਆਰ ਵੱਧਦਾ ਹੈ, ਘਰ ਵਿੱਚ ਸੁੱਖ ਸ਼ਾਂਤੀ ਅਤੇ ਬਰਕਤ ਆਉਂਦੀ ਆ। ਤੇ ਉਹ ਬਾਣੀ ਕਿਹੜੀ ਆ? ਉਹ ਹੈ ਮੇਰੇ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਚੌਪਈ ਸਾਹਿਬ ਜੀ ਦੀ ਬਾਣੀ। ਚੌਪਈ ਸਾਹਿਬ ਜੀ ਦਾ ਪਾਠ ਜੋ ਵੀ ਮਨ ਲਾ ਕੇ ਕਰਦਾ ਹੈ ਉਸਦੇ ਮਨ ਦੀ ਹਰ ਇੱਕ ਇੱਛਾ ਅਰਦਾਸ ਜ਼ਰੂਰ ਪੂਰੀ ਹੁੰਦੀ ਆ। ਮਹਾਂਪੁਰਖ ਜੀ ਕਹਿੰਦੇ ਕਿ ਜਦੋਂ ਆਪਾਂ ਚੌਪਈ ਸਾਹਿਬ ਜੀ ਦੀ ਬਾਣੀ ਮਨ ਲਾ ਕੇ ਪੜ੍ਹ ਰਹੇ ਹੁੰਦੇ ਹਾਂ ਨਾ ਤਾਂ ਦਸਵੇਂ ਪਾਤਸ਼ਾਹ ਕੋਲ ਬੈਠ ਕੇ ਸਾਡੀ ਬਾਣੀ ਸੁਣ ਰਹੇ ਹੁੰਦੇ ਆ ਤੇ ਜੇ ਭਾਵਨਾ ਬਣਾ ਕੇ ਪਾਠ ਕਰਾਂਗੇ ਤਾਂ ਸਾਡੇ ਮਨ ਦੀ ਜੋ ਇੱਛਾ ਹੈ ਜੋ ਵੀ ਅਰਦਾਸ ਆ ਉਹ ਵੀ ਪੂਰੀ ਹੋਵੇਗੀ ਅਤੇ ਸਾਡੀ ਜ਼ਿੰਦਗੀ ਦੇ ਵਿੱਚੋਂ ਮੁਸ਼ਕਲਾਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਅਤੇ ਚੌਪਈ ਸਾਹਿਬ ਜੀ ਦੀ ਬਾਣੀ ਆਪਾਂ ਕਿਸੇ ਵੀ ਵੇਲੇ ਪੜ੍ਹ ਸਕਦੇ ਹਾਂ। ਵੈਸੇ ਤਾਂ ਚੌਪਈ ਸਾਹਿਬ ਜੀ ਦੀ ਬਾਣੀ ਸਾਡੇ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦੇ ਵਿੱਚੋਂ ਚੌਥੀ ਬਾਣੀ ਆ, ਪਰ ਆਪਾਂ ਇਸ ਨੂੰ ਦਿਨ ਦੇ ਵਿੱਚ ਕਿਸੇ ਵੀ ਵੇਲੇ ਪੜ੍ਹ ਸਕਦੇ ਹਾਂ, ਜੇ ਦੁਪਹਿਰ ਵੇਲੇ, ਸ਼ਾਮ ਵੇਲੇ, ਰਾਤ ਵੇਲੇ, ਸਮੇਂ ਦੀ ਕੋਈ ਪਾਬੰਦੀ ਨਹੀਂ ਆ। ਅਤੇ ਮਹਾਂਪੁਰਖ ਜੀ ਕਹਿੰਦੇ ਹੁੰਦੇ ਨੇ ਜਿੰਨਾ ਹੋ ਸਕੇ ਚੌਪਈ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਹੈ ਕਿਉਂਕਿ 3 ਮਿੰਟ ਦੀ ਬਾਣੀ ਆ ਅਤੇ ਆਪਾਂ ਆਰਾਮ ਦੇ ਨਾਲ ਘੱਟੋ ਘੱਟ 5 ਪਾਠ ਦੀ ਹਾਜ਼ਰੀ ਤਾਂ ਹਰ ਇੱਕ ਮਨੁੱਖ ਨੂੰ ਰੋਜ਼ਾਨਾ ਦੀ ਲਗਾਉਣੀ ਹੀ ਚਾਹੀਦੀ ਆ। ਦਿਨ ਦੇ ਵਿੱਚ ਕਿਸੇ ਵੀ ਵੇਲੇ ਆਪਾਂ ਇਹ ਪਾਠ ਕਰ ਸਕਦੇ ਹਾਂ ਅਤੇ ਕਲਗੀਧਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਅਤੇ ਬਰਕਤਾਂ ਹਾਸਲ ਕਰ ਸਕਦੇ ਹਾਂ।